ਇਸ ਵੇਲੇ ਦੀ ਵੱਡੀ ਖਬਰ, ਬਦਮਾਸ਼ਾਂ ਦੇ ਵੱਲੋਂ ਪੁਲਿਸ ਦੀ ਗੱਡੀ ਤੇ ਹਮਲਾ ਕੀਤਾ ਗਿਆ। ਬਠਿੰਡਾ ਦੇ ਵਿੱਚ ਪੁਲਿਸ ਤੇ ਫਾਇਰਿੰਗ ਕੀਤੀ ਗਈ। PCR ਗੱਡੀ ਤੇ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਨੇ। ਦੱਸ ਦਈਏ ਕਿ ਅਣਪਛਾਤਿਆਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਵਾਲ ਵਾਲ ਪੁਲਿਸ ਦੇ ਮੁਲਾਜ਼ਮ ਬਚੇ ਨੇ ਇਸ ਫਾਇਰਿੰਗ ਦੇ ਮੌਕੇ, ਤਾਂ ਬਦਮਾਸ਼ਾਂ ਦੇ ਵੱਲੋਂ PCR ਗੱਡੀ ਤੇ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਨੇ। ਪੁਲਿਸ ਨੇ ਇੱਕ ਸ਼ਖਸ ਨੂੰ ਹਿਰਾਸਤ ਵਿੱਚ ਵੀ ਲਿਆ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਗੱਡੀ ਦੇ ਆਲੇ ਦੁਆਲੇ ਦਰਜਨਾਂ ਹੀ ਪੁਲਿਸ ਦੇ ਮੁਲਾਜ਼ਮ ਖੜੇ ਹੋਏ ਨੇ। ਤਾਂ ਇਹ ਪੁਲਿਸ ਦੇ ਮੁਲਾਜ਼ਮਾਂ ਤੇ ਇਹਨਾਂ ਬਦਮਾਸ਼ਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਔਰ ਮੌਕੇ ਤੋਂ ਫਰਾਰ ਹੋ ਗਏ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਪੁਲਿਸ ਨੇ ਇੱਕ ਬਦਮਾਸ਼ ਨੂੰ ਕਾਬੂ ਕਰ ਲਿਆ, ਹਿਰਾਸਤ ਵਿੱਚ ਲੈ ਲਿਆ। ਤਾਂ ਬਠਿੰਡਾ ਦੇ ਵਿੱਚ ਇਹ ਵੱਡੀ ਵਾਰਦਾਤ ਹੋਈ। ਪੁਲਿਸ ਦੀ PCR ਗੱਡੀ ਤੇ ਬਦਮਾਸ਼ਾਂ ਦੇ ਵੱਲੋਂ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਨੇ। ਅਣਪਛਾਤਿਆਂ ਦੇ ਵੱਲੋਂ ਬੇਖੌਫ ਹੋ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਨੇ ਇੱਕ ਸ਼ਖਸ ਨੂੰ ਹਿਰਾਸਤ ਵਿੱਚ ਵੀ ਲੈ ਲਿਆ, ਜਿਸ ਤੋਂ ਪੁੱਛ ਪੜਤਾਲ ਕੀਤੀ ਜਾਵੇਗੀ। ਦੱਸ ਦਈਏ ਕਿ ਇਹਨਾਂ ਬਦਮਾਸ਼ਾਂ ਨੂੰ ਹੁਣ ਕਿਸੇ ਦਾ ਕੋਈ ਡਰ ਨਹੀਂ। ਆਏ ਦਿਨ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਔਰ ਸਭ ਦੀ ਸੁਰੱਖਿਆ ਕਰਨ ਵਾਲੀ ਪੁਲਿਸ ਤੇ ਵੀ ਹੁਣ ਇਹਨਾਂ ਦੇ ਵੱਲੋਂ ਹਮਲੇ ਕੀਤੇ ਜਾ ਰਹੇ ਨੇ। ਕੱਲ ਧਰਮਕੋਟ ਦੇ ਲਾਗੇ ਵੀ ਇੱਕ ਪੁਲਿਸ ਮੁਲਾਜ਼ਮ ਨੂੰ ਜ਼ਖਮੀ ਕੀਤਾ ਸੀ। ਉਸ ਤੋਂ ਪਿਸਟਲ ਅਤੇ ਮੋਬਾਈਲ ਫੋਨ ਖੋ ਕੇ ਬਦਮਾਸ਼ ਫਰਾਰ ਹੋ ਗਏ ਸਨ। ਤਾਂ ਅੱਜ ਮੁੜ ਤੋਂ ਬਠਿੰਡਾ ਦੇ ਵਿੱਚ ਪੁਲਿਸ ਮੁਲਾਜ਼ਮਾਂ ਤੇ ਫਾਇਰਿੰਗ ਕੀਤੀ ਗਈ। PCR ਦੀ ਗੱਡੀ ਦੇ ਵਿੱਚ ਪੁਲਿਸ ਦੇ ਮੁਲਾਜ਼ਮ ਬੈਠੇ ਹੋਏ ਸੀ, ਤਾਂ ਅਣਪਛਾਤਿਆਂ ਦੇ ਵੱਲੋਂ ਤਾੜ ਤਾੜ ਗੋਲੀਆਂ ਚਲਾਈਆਂ ਗਈਆਂ, ਮੌਕੇ ਤੋਂ ਫਰਾਰ ਹੋ ਗਏ। ਜਦਕਿ ਪੁਲਿਸ ਦੇ ਵੱਲੋਂ ਇੱਕ ਸ਼ਖਸ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਮਾਮਲੇ ਦੀ ਹਰ ਪੱਖੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਨੇੜੇ ਦੇ CCTV ਕੈਮਰੇ ਖੁੰਘਾਲੇ ਜਾ ਰਹੇ ਨੇ, ਤਾਂ ਜੋ ਪਤਾ ਲੱਗ ਸਕੇ ਕਿ ਆਖਿਰਕਾਰ ਉਹ ਕਿਹੜੇ ਲੋਕ ਸੀ, ਉਹ ਕਿਹੜੇ ਬਦਮਾਸ਼ ਸਨ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਦੇਖੋ, ਸਾਡੇ ਕੋਲ ਅਜੇ ਜਸਟ ਅਸੀਂ ਮੌਕੇ 'ਤੇ ਆਏ ਹਾਂ, ਅਤੇ ਇੱਕ ਸਾਡੀ PCR ਪਾਰਟੀ ਦੇ ਉੱਪਰ ਕੁਛ ਇਨਫੋਰਮੇਸ਼ਨ ਸੀਗੀ ਕਿ ਕੁਛ ਜਿਹੜੇ ਸ਼ਰਾਰਤੀ ਬੰਦੇ ਹੈਗੇ ਨੇ ਜਾਂ ਡਰੱਗਸ ਰਿਲੇਟਡ ਛੋਟੀ ਇਨਫੋਰਮੇਸ਼ਨ ਸੀਗੀ, ਉਸ ਨੂੰ ਚੈੱਕ ਕਰਨ ਵਾਸਤੇ ਜਦੋਂ ਸਾਡੀ PCR ਪਾਰਟੀ ਆਈ, ਤਾਂ ਜਿਹੜੀ ਗੱਡੀ ਦੇ ਵਿੱਚ ਸਵਾਰ ਬੰਦੇ ਸੀਗੇ ਉਹਨਾਂ ਨੇ ਸਾਡੀ ਪੁਲਿਸ ਪਾਰਟੀ ਦੇ ਉੱਪਰ ਫਾਇਰ ਕੀਤਾ। ਸੋ ਅਸੀਂ ਹੁਣ ਆਏ ਹਾਂ, ਜਲਦੀ ਇਸ ਨੂੰ ਇਨਵੈਸਟੀਗੇਸ਼ਨ ਕਰ ਰਹੇ ਹਾਂ, ਅਤੇ ਵੀ ਆਰ ਟ੍ਰਾਈਂਗ ਕਿ ਬੰਦੇ ਕਿਹੜੇ ਸੀ, ਟਰੇਸ ਕਰਕੇ ਜਲਦੀ ਉਹਨਾਂ ਨੂੰ ਅਰੈਸਟ ਕਰ ਲਵਾਂਗੇ। ਕੁਝ ਲੋਕ ਰਾਊਂਡ ਅਪ ਵੀ ਕੀਤੇ ਗਏ ਆ, ਅਤੇ ਕਿੰਨੇ ਕੁ ਲੋਕ ਸੀਗੇ ਜਿਨ੍ਹਾਂ ਨੇ? ਨਹੀਂ, ਅਜੇ ਜਸਟ ਅਸੀਂ, ਸਾਡੇ ਕੋਲ ਇਨਫੋਰਮੇਸ਼ਨ ਆਈ ਹੈ, ਅਸੀਂ ਜਸਟ ਆਏ ਹਾਂ। ਫਿਲਹਾਲ ਅਸੀਂ ਕਿਸੇ ਬੰਦੇ ਨੂੰ ਅਜੇ ਰਾਊਂਡ ਅਪ ਨਹੀਂ ਕੀਤਾ, ਬਟ ਜਲਦੀ ਹੀ ਸਾਡੇ ਕੋਲ ਕੁਛ ਲੀਡਸ ਹੈਗੀਆਂ ਨੇ, ਅਸੀਂ ਵਰਕ ਕਰ ਰਹੇ ਹਾਂ ਉਹਨਾਂ ਦੇ ਉੱਪਰ, ਅਤੇ ਵਿਲ ਟਰਾਈ ਟੂ ਸੋਲਵ ਦਿਸ ਕੇਸ ਐਜ਼ ਸੂਨ ਐਜ਼ ਪੋਸੀਬਲ। ਜੀ, ਜਦੋਂ ਭੱਜੇ ਆ ਸਾਡੀ PCR ਪਾਰਟੀ ਨੇ ਜਦੋਂ ਇਹਨਾਂ ਨੂੰ ਰੋਕਿਆ, ਉਦੋਂ ਇਹਨਾਂ ਨੇ ਫਾਇਰ ਕੀਤਾ, ਉਸ ਤੋਂ ਬਾਅਦ ਜਦੋਂ ਭੱਜੇ ਆ ਉਹਦੇ ਨਾਲ ਇਹਨਾਂ ਨੇ ਸਕੂਟੀ ਹਿੱਟ ਕੀਤੀ ਆ। ਸਰ, ਕਿੰਨੇ ਰਾਊਂਡ ਫਾਇਰ ਹੋਇਆ? ਕੁਛ ਤਕਰੀਬਨ 3-4 ਰਾਊਂਡ ਫਾਇਰ ਕੀਤੇ ਇਹਨਾਂ ਨੇ। ਤੋ ਬਾਕੀ ਜਿਹੜੀ ਹੈਗੀ, ਜਦੋਂ ਕਾਰ ਸਵਾਰ ਨੇ? ਜੀ, ਕਾਰ ਸਵਾਰ ਹੈ, ਵਰਨਾ ਕਾਰ ਹੈ, ਅਤੇ ਸਾਡੇ ਕੋਲ ਕੁਛ ਡਿਟੇਲਸ ਹੈਗੀਆਂ ਇਹਨਾਂ ਦੀ, ਜਲਦੀ ਜਿਹੜੀ ਅਸੀਂ ਇਹਨਾਂ ਨੂੰ ਜਿਹੜੀ ਫਸਟ ਜਿਹੜੀ ਪਾਰਟੀ ਰਿਸਪੋਂਡਰ ਸੀਗੀ ਉਹਨਾਂ ਨੇ ਗੱਡੀ ਦੇ ਵਿੱਚ 2 ਲੋਕ ਦੇਖੇ ਨੇ ਫਰੰਟ ਦੇ ਜਿਹੜੇ ਬੈਠੇ ਹੋਏ, ਅਤੇ ਜਸਟ ਹੁਣੇ ਦੀ ਵਾਰ 15 ਮਿੰਟ ਪਹਿਲਾਂ ਦੀ ਇੰਸੀਡੈਂਟ ਹੈਗਾ। ਇਨਫੋਰਮੇਸ਼ਨ ਡਰੱਗਸ ਦੀ ਸੀ ਜੀ? ਉਹਨਾਂ ਨੂੰ ਸ਼ੱਕੀ ਜਿਵੇਂ ਕਿ ਇਹ ਸੀਗਾ ਵੀ ਨਸ਼ਾ ਦੇ ਸੰਬੰਧ ਦੇ ਵਿੱਚ ਜਾਂ ਸ਼ਰਾਰਤੀ ਬੰਦੇ ਜਿਹੜੀ ਹੈਗੀ ਆ, ਇਲੀਗਲ ਐਕਟੀਵਿਟੀ ਦੇ ਰਿਗਾਰਡਿੰਗ ਜਿਹੜੀ ਹੈਗੀ ਆ, ਚੈੱਕ ਕਰਨ ਵਾਸਤੇ ਗਏ ਸੀਗੇ। ਬਿਕੋਜ਼ PCR ਪਾਰਟੀ ਜਿਹੜੀਆਂ ਹੈਗੀਆਂ ਨੇ, ਅਸੀਂ ਜਿਹੜੇ ਸ਼ਹਿਰ ਦੇ ਵਿੱਚ ਚਲਾਈਆਂ ਗਈਆਂ ਨੇ ਮਾਣਯੋਗ SSP ਸਾਹਿਬ ਵੱਲੋਂ, ਸੋ ਅਸੀਂ ਉਹਨਾਂ ਦੀ ਸ਼ਿਫਟਿੰਗ, ਨਾਕਾਬੰਦੀ ਜਾਂ ਸਰਪ੍ਰਾਈਜ਼ ਚੈਕਿੰਗ ਜਿਹੜੀ ਹੈਗੀ ਪਲਾਨ ਕਰਦੇ ਰਹਿਣਾ। ਇਹ ਸਿੰਪਲ ਹੋਟਲ ਦੇ ਨਾਲ ਜਿਹੜਾ ਰੋਡ ਹੈ ਪਿਛਲਾ ਪਾਸਾ, ਉੱਥੇ ਸੀਗੀ ਗੱਡੀ। ਸਰ, ਆਪਣੇ ਜੌਬ ਦੇ ਵਿੱਚ ਆਪਾਂ ਸੇਫ ਤੱਕ ਨਹੀਂ ਗੋਲੀ ਚਲਾਈ ਕਾਰ 'ਤੇ?
ਨਹੀਂ ਨਹੀਂ, ਜਿਹੜੀ ਪਹਿਲੀ ਵਿਕਟਰ ਪਾਰਟੀ ਸੀਗੀ, ਪੀਸੀਆਰ ਪਾਰਟੀ ਸੀਗੀ, ਉਹਨਾਂ ਵੱਲੋਂ ਰਿਸਪੌਂਡ ਕੀਤਾ ਗਿਆ। ਸੋ ਅਸੀਂ ਜਲਦੀ ਹੀ ਇਹਨੂੰ, ਦੇਖੋ ਅਸੀਂ ਜਸਟ ਆਏ ਹਾਂ ਜੀ, ਆਈ ਕਾਂਟ ਕਲੈਰੀਫਾਈ, ਬਟ ਸਾਡੀ ਪੀਸੀਆਰ ਪਾਰਟੀ ਨੇ ਰਿਸਪੌਂਡ ਕੀਤਾ। ਠੀਕ, ਥੈਂਕ ਯੂ ਜੀ।